ਖੇਡਾਂ ਮਨੁੱਖ ਦੇ ਜੀਵਨ ਦੀ ਉਹ ਮਹੱਤਵਪੂਰਨ ਖੁਰਾਕ ਹਨ ਜਿਸ ਦੇ ਨਾਲ ਮਾਨਸਿਕ ਤੇ ਸਰੀਰਕ ਵਿਕਾਸ ਤਾਂ ਹੁੰਦਾ ਹੀ ਹੈ ਬਲਕਿ ਹਾਕੀ ਕਬੱਡੀ ਕ੍ਰਿਕਟ ਵਰਗੀਆਂ ਕਈ ਖੇਡਾਂ ਖੇਡਣ ਦੇ ਮਾਹਰਾਂ ਤੇ ਹੁਨਰਬਾਜ਼ਾਂ ਨੂੰ ਸਮੇਂ ਸਮੇਂ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਕਾਰਾਂ ਵੱਲੋਂ ਖਾਸ ਪੁਰਸਕਾਰਾਂ ਤੇ ਅਵਾਰਡਾਂ ਦੇ ਨਾਲ ਵੀ ਨਵਾਜਿਆ ਜਾਂਦਾ ਹੈ। ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਖਾਸ ਦਿਵਸ ਤੇ ਮਿਲਣ ਵਾਲੇ ਖਾਸ ਅਵਾਰਡਾਂ ਬਾਰੇ। ਜੀ ਹਾਂ, ਭਾਰਤ ਦੇ ਕੁੱਲ 5 ਕੌਮੀ ਅਵਾਰਡ ਨੇ ਜੋ ਖਿਡਾਰੀਆਂ ਨੂੰ ਰਾਸ਼ਟਰਪਤੀ ਵੱਲੋਂ ਭਾਰਤ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕਰਨ ਤੇ ਅਸ਼ੋਕਾ ਹਾਲ ਨਵੀਂ ਦਿੱਲੀ ਵਿਖੇ ਮਿਲਦੇ ਨੇ। ਇਹ ਅਵਾਰਡ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਦਿੱਤੇ ਜਾਂਦੇ ਨੇ। ਕੌਮੀ ਖੇਡ ਦਿਵਸ ਭਾਰਤ ਦੀ ਕੌਮੀ ਖੇਡ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਹਨਾਂ 5 ਖਾਸ ਕੌਮੀ ਅਵਾਰਡਾਂ ਬਾਰੇ। ਦਰੋਣਾਚਾਰਿਆ ਅਵਾਰਡ, ਇਹ ਅਵਾਰਡ ਖਿਡਾਰੀਆਂ ਦੇ ਕੋਚਾਂ ਤੇ ਗੁਰੂਆਂ ਨੂੰ ਦਿੱਤਾ ਜਾਂਦਾ ਹੈ। ਸੰਨ 1985 ਵਿੱਚ ਇਸ ਅਵਾਰਡ ਦੀ ਸ਼ੁਰੂਆਤ ਹੋਈ ਸੀ। ਇਹ ਇੱਕ ਬੁੱਤ ਦੇ ਰੂਪ ਵਿੱਚ ਹੁੰਦਾ ਹੈ। ਇਸ ਦੇ ਲਈ ਸਰਟੀਫਿਕੇਟ ਅਤੇ ਪ੍ਰਾਪਤ ਕਰਨ ਵਾਲੇ ਦੀ ਪੂਰੀ ਵਰਦੀ ਅਤੇ 25,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਸੀ, ਪਰ 1990 ਤੋਂ 91 ਵਿੱਚ ਇਹ ਰਾਸ਼ੀ ਵਧਾ ਕੇ 40,000, 1993 ਵਿੱਚ 75,000, 1998 ਵਿੱਚ 2.5 ਲੱਖ ਰੁਪਏ ਅਤੇ 2009 ਵਿੱਚ ਇਹ ਰਾਸ਼ੀ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ। ਇਹ ਇਨਾਮ ਹਜ਼ਾਰਾਂ ਸਾਲਾਂ ਤੋਂ ਗੁਰੂਆਂ ਨੂੰ ਰਾਜਿਆਂ ਮਹਾਰਾਜਿਆਂ ਵੱਲੋਂ ਦਿੱਤਾ ਜਾਂਦਾ ਰਿਹਾ ਹੈ। ਅੱਜ ਤੱਕ 1985 ਤੋਂ 2017 ਤੱਕ 110 ਦੇ ਕਰੀਬ ਖਿਡਾਰੀਆਂ ਦੇ ਕੋਚਾਂ ਤੇ ਗੁਰੂਆਂ ਨੂੰ ਇਹ ਅਵਾਰਡ ਪ੍ਰਾਪਤ ਹੋ ਚੁੱਕਾ ਹੈ। ਰਾਜੀਵ ਗਾਂਧੀ ਖੇਡ ਰਤਨ ਅਵਾਰਡ, ਇਹ ਅਵਾਰਡ ਮੈਡਲ ਦੀ ਸ਼ਕਲ ਦਾ ਗੋਲ ਹੁੰਦਾ ਹੈ ਅਤੇ 1991 ਤੋਂ 92 ਤੋਂ ਕੌਮਾਂਤਰੀ ਪੱਧਰ ਤੇ ਸਰਵਉੱਚ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦੇਣਾ ਸ਼ੁਰੂ ਕੀਤਾ ਗਿਆ। ਇਹ ਅਵਾਰਡ ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਚੈਸ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਦਿੱਤਾ ਗਿਆ। ਅੱਜ ਤੱਕ 1991 ਤੋਂ 2017 ਤੱਕ 34 ਖਿਡਾਰੀਆਂ ਨੂੰ ਇਹ ਅਵਾਰਡ ਪ੍ਰਾਪਤ ਹੋ ਚੁੱਕਾ ਹੈ। ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੇ ਨੂੰ ਇੱਕ ਬਲੇਜ਼ਰ ਸਕਾਰਫ, ਦਿੱਲੀ ਜਾਣ ਆਉਣ ਦਾ TADA ਅਤੇ 3 ਲੱਖ ਰੁਪਏ ਨਕਦ ਇਨਾਮ ਅਤੇ ਕੈਸ਼ ਇਨਕਮ ਟੈਕਸ ਫ੍ਰੀ ਹੁੰਦਾ ਹੈ। ਸਾਲ 2009 ਵਿੱਚ ਇਸ ਅਵਾਰਡ ਦੀ ਇਨਾਮੀ ਰਾਸ਼ੀ ਵਧਾ ਕੇ 7.5 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਅਵਾਰਡ ਨੂੰ ਰਾਜ ਸਰਕਾਰ ਤਜਵੀਜ਼ ਕਰਦੀ ਹੈ। ਅਰਜੁਨਾ ਅਵਾਰਡ, ਇਹ ਅਵਾਰਡ ਇੱਕ ਟ੍ਰਾਫੀ ਦੀ ਸ਼ਕਲ ਵਿੱਚ ਹੁੰਦਾ ਹੈ। 1961 ਨੂੰ ਸ਼ੁਰੂ ਹੋਏ ਇਸ ਅਵਾਰਡ ਨੂੰ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਦੇ ਜੰਮਪਲ ਅੰਤਰਰਾਸ਼ਟਰੀ ਅਥਲੀਟ ਗੁਰਬਚਨ ਸਿੰਘ ਰੰਧਾਵਾ ਸਮੇਤ ਵੱਖ ਵੱਖ ਖੇਡਾਂ ਦੇ 17 ਖਿਡਾਰੀਆਂ ਨੇ ਪਹਿਲੀ ਵਾਰ ਭਾਰਤ ਦੇ ਰਾਸ਼ਟਰਪਤੀ ਕੋਲੋਂ ਪ੍ਰਾਪਤ ਕੀਤਾ। ਇਹ ਅਵਾਰਡ ਉਸ ਮਹਾਨ ਖਿਡਾਰੀ ਨੂੰ ਮਿਲਦਾ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਸਰਵਉੱਚ ਪ੍ਰਾਪਤੀਆਂ ਕੀਤੀਆਂ ਹੋਣ। ਇਸ ਟ੍ਰਾਫੀ ਨਾਲ ਇੱਕ ਸਰਟੀਫਿਕੇਟ ਵੀ ਮਿਲਦਾ ਹੈ। ਸਭ ਤੋਂ ਪਹਿਲਾਂ 1961 ਵਿੱਚ ਇਸ ਟ੍ਰੋਫੀ ਨਾਲ 200 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਮਿਲਦਾ ਸੀ। ਫਿਰ 1981 ਨੂੰ 5,000, 1987 ਨੂੰ 20,000, 1993 ਤੋਂ 94 ਨੂੰ 50,000, 1998 ਤੋਂ 99 ਨੂੰ 1.5 ਲੱਖ ਅਤੇ 2009 ਵਿੱਚ ਇਹ ਰਾਸ਼ੀ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ। ਇਹ ਅਵਾਰਡ ਭਾਰਤ ਦੇ ਰਾਸ਼ਟਰਪਤੀ ਵੱਲੋਂ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਰਾਸ਼ਟਰਪਤੀ ਭਵਨ ਵਿਖੇ ਦਿੱਤਾ ਜਾਂਦਾ ਹੈ। ਅੱਜ ਤੱਕ 1961 ਤੋਂ 2017 ਤੱਕ 700 ਦੇ ਕਰੀਬ ਖਿਡਾਰੀਆਂ ਨੂੰ ਇਹ ਅਵਾਰਡ ਪ੍ਰਾਪਤ ਹੋ ਚੁੱਕਾ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ ਟ੍ਰੋਫੀ, ਇਹ ਟ੍ਰੋਫੀ 1956 ਤੋਂ 57 ਵਿੱਚ ਰਾਸ਼ਟਰਪਤੀ ਵੱਲੋਂ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ ਤੇ ਸ਼ੁਰੂ ਕੀਤੀ ਗਈ ਅਤੇ ਇਹ ਸਿਰਫ ਭਾਰਤ ਦੀ ਉਸ ਯੂਨੀਵਰਸਿਟੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਖੇਡਾਂ ਦੇ ਖੇਤਰ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਹੋਵੇ ਅਤੇ ਇਸ ਨੂੰ ਹਾਸਲ ਕਰਨ ਲਈ ਭਾਰਤ ਦੀਆਂ 230 ਯੂਨੀਵਰਸਿਟੀਆਂ ਵਿੱਚੋਂ ਸਭ ਤੋਂ ਮੋਰੇ ਆਉਣਾ ਹੁੰਦਾ ਹੈ। ਇਹ ਟ੍ਰਾਫੀ ਸਭ ਤੋਂ ਲੰਮਾ ਸਮਾਂ 22 ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕੋਲ ਰਹੀ ਹੈ। ਇਹ ਇੱਕ ਰਾਸ਼ਟਰੀ ਰਿਕਾਰਡ ਹੈ। 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਜੇਤੂ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਖੇਡ ਮੁਖੀ ਅਸ਼ੋਕਾ ਹਾਲ ਵਿਖੇ ਰਾਸ਼ਟਰਪਤੀ ਕੋਲੋਂ ਇਹ ਟ੍ਰਾਫੀ ਅਤੇ 10 ਲੱਖ ਰੁਪਏ ਨਕਦ ਇਨਾਮ ਪ੍ਰਾਪਤ ਕਰਦੇ ਨੇ। ਮੇਜਰ ਧਿਆਨ ਚੰਦ ਅਵਾਰਡ, ਇਹ ਅਵਾਰਡ ਇੱਕ ਟ੍ਰਾਫੀ ਦੀ ਸ਼ਕਲ ਵਿੱਚ ਹੁੰਦਾ ਹੈ। ਇਹ ਅਵਾਰਡ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਨਾਂ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਅਵਾਰਡ ਦੀ ਸ਼ੁਰੂਆਤ ਰਾਸ਼ਟਰਪਤੀ ਵੱਲੋਂ 2002 ਵਿੱਚ ਕੀਤੀ ਗਈ। 29 ਅਗਸਤ 1905 ਨੂੰ ਜਨਮੇ ਧਿਆਨ ਚੰਦ ਨੇ ਰਾਸ਼ਟਰੀ ਖੇਡ ਹਾਕੀ ਵਿੱਚ ਆਪਣੀ ਕਲਾ ਅਤੇ ਖੇਡ ਹੁਨਰ ਸਦਕਾ ਹਿਟਲਰ ਵਰਗੇ ਤਾਨਾਸ਼ਾਹ ਨੂੰ ਝੁਕਾ ਦਿੱਤਾ ਸੀ।
ਖੇਡ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਅਤੇ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਅਵਾਰਡ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ। ਇਸ ਨਾਲ ਪ੍ਰਾਪਤ ਕਰਨ ਵਾਲੇ ਅਧਿਕਾਰੀ ਨੂੰ 5 ਲੱਖ ਰੁਪਏ ਨਕਦ ਇਨਾਮ ਦਿੱਤਾ ਜਾਂਦਾ ਹੈ। ਅੱਜ ਤੱਕ 2002 ਤੋਂ 2017 ਤੱਕ 51 ਦੇ ਕਰੀਬ ਗੁਰੂਆਂ ਨੂੰ ਇਹ ਅਵਾਰਡ ਪ੍ਰਾਪਤ ਹੋ ਚੁੱਕਾ ਹੈ। ਵਧੇਰੇ ਖਬਰਾਂ ਲਈ ਵੇਖਦੇ ਰਹੋ ਅਜੀਤ ਵੈਬ ਟੀਵੀ।